ਕਬੱਡੀ ਕੋਚ ਸਰਦਾਰ ਦਰਸ਼ਨ ਸਿੰਘ ਦਾ ਚੰਡਿਆ ਹੋਇਆ ਖਿਡਾਰੀ, ਉਧਰ ਸੁਖੀ ਸਿੰਧ ਜੀ ਨਾਲ ਗੁਰਪ੍ਰੀਤ ਗਿੱਲ ਮਕਸੂਦੜੇ ਵਾਲੇ ਵੱਡੇ ਮਾਣ ਇਹਨਾਂ ਖਿਡਾਰੀਆਂ ਦੇ ਲਈ ਕਰੀ ਜਾ ਰਹੇ ਹੈ। ਨਾ ਉਹ ਦਲਵੀਰ ਦੀ ਰੇਡ, ਗੋਪੀ ਦੀ ਰੇਡ ਪਈ ਹੋਈ ਹੈ ਤੇ ਚਾਰ ਖਿਡਾਰੀ ਦੀਸ਼ਾ, ਯਾਦ, ਸੰਦੀਪ, ਲਓ ਫੁੱਲਾ। ਪਰ ਵੇਖੋ ਸਾਹਮਣੇ ਯਾਦ, ਪਰ ਸ਼ਹਿਰੀ ਧਾਲੀਵਾਲ ਨੇ ਐਲਾਨ ਕਰ ਦਿੱਤਾ ਵੀ ਡਬਲ ਟੱਚ ਦੇ ਨਾਲ ਪੁਆਇੰਟ ਧਾਵੀ ਦੇ ਇਸੇ ਜੁੜ ਗਿਆ। ਸ਼ਿੰਦਾ ਮਾਲ ਜੀ ਸਕੋਰਰ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਸਵੇਰ ਤੋਂ ਸੇਵਾਵਾਂ ਨਿਭਾ ਰਹੇ ਨੇ ਸ਼ਿੰਦਾ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਲਓ ਕਬੱਡੀ ਬਲਵੀਰ ਸਿੰਘ ਜੀ ਹੂਟਰ ਦੇ ਉੱਪਰ ਬੜੀ ਵੱਡੀ ਜ਼ਿੰਮੇਵਾਰੀ ਹੈ, ਬਲਵੀਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਵੀਰ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਸਾਰਿਆਂ ਦਾ। ਲਖਵੀਰ ਸਿੰਘ ਦੀ ਔਜਲਾ, ਲਖਵੀਰ ਸਿੰਘ ਦੀ ਔਜਲਾ ਤੇ ਬਲਵੀਰ ਸਿੰਘ ਦੀ ਔਜਲਾ, ਔਜਲਾ ਬ੍ਰਦਰਸ ਧਾਲੀਵਾਲ ਉਹਨਾਂ ਦਾ, ਧਰਮ ਸਿੰਘ ਜੀ ਉੱਪਰ, ਬਲਦੇਵ ਸਿੰਘ ਦੀ ਗਿੱਲ ਤੇ ਮਨਦੀਪ ਸਿੰਘ ਦੀ ਚੌਕੀ ਮਾਨ, ਸਾਰੇ ਵੀਰ। ਲਵਲੀ ਕਬੱਡੀ ਪਾਉਣ ਦੇ ਲਈ ਦਲਵੀਰ ਮਨਾਣੇ ਦੀ ਧਰਤੀ ਦਾ ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਬਿਲਕੁਲ ਤਿਆਰ ਹੈ। ਕਿਉਂ ਯਾਰ, ਹਰ ਅੰਗਲਾ ਪੰਜਾਬ ਮੇਰਾ ਪੈਦਾ ਹੁੰਦੇ ਨੇ ਸੂਰਮੇ ਸ਼ਹੀਦ, ਜਿੱਥੇ ਸੜਨਸ ਨੂੰ ਬਾਹਰ ਕੇ ਰੱਬ ਨੂੰ ਹਾਲ ਦੱਸਦੇ ਸੌਂਦੇ ਕੰਨਿਆਂ ਦੇ ਉੱਤੇ ਮੁਰੀਦ, ਜਿੱਥੇ ਵੱਡੇ ਵੱਡੇ ਧਾੜਵੀਆਂ ਦੇ ਜਿੱਥੋਂ ਦੇ ਮੂੰਹ ਮੁੜ ਕੇ ਮਹਿਕ ਸੁੱਕੇ ਸੋਹਣੇ ਗੁਲਾਬ ਦੀ ਜੀ, ਕਿ ਜਿੱਥੋਂ ਦੇ ਲੋਕ ਨੇ ਅਣਖ ਲਈ ਮਰ ਜਾਂਦੇ ਕਬੱਡੀ ਖੇਡਾ ਉਸ ਪੰਜਾਬ ਦੀ ਜੀ। ਇੱਧਰ ਫੁੱਲਾ ਕਰਦਾ ਟਰਾਈ ਤੇ ਪੁਆਇੰਟ, ਦਲਵੀਰ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਹੈ। ਅੱਜ ਗੋਲਡ ਮੈਡਲ ਕਿਹਦੇ ਗਲ ਵਿੱਚ ਪੈਂਦੇ ਹੈ, ਇਹ ਗੱਲ ਸਮੇਂ ਦੀ ਹੋਣੀ ਹੈ। ਲਓ ਖੇਡ ਮੈਦਾਨ ਦੇ ਵਿੱਚ ਵੱਡਾ ਧੰਨਵਾਦ ਹੈ ਉੱਪਲ ਬ੍ਰਦਰ ਦਾ, ਅੱਜ ਗੋਲਡ ਮੈਡਲਾਂ ਦੀ ਗੱਲ ਹੈ। ਲਓ ਇਸ ਸਮੇਂ ਪਈ ਹੋਈ ਕਬੱਡੀ ਨੌਜਵਾਨ ਪਾਲੀ ਫਤਿਹਗੜ੍ਹ ਛੰਨਾ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਇੱਧਰ ਦਾਰੇ ਔਜਲੇ ਦੀ ਟੀਮ ਹੈ, ਉੱਧਰ ਗਿਆਨ ਬਣਿੰਗੂਣਾ ਦੀ ਟੀਮ ਹੈ ਮੇਰੇ ਵੀਰੋ ਮਨਜੀਤ ਬਾਸੀ ਹੋਣੀ। ਲਓ ਇਸ ਸਮੇਂ ਲੱਖਾਂ ਚੀਮੀਆਂ ਵਾਲਾ ਲਾ ਤਕੜਾ ਜਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਚੱਲ ਵੀ ਨੌਜਵਾਨ ਸਰਾਹ ਗੋਨੇ ਆਣੀਆਂ, ਕਹਿੰਦਾ ਵੀ $100 ਕੋਟਲੀ ਦੇ ਯਾਦ ਤੇ ਹਰ ਜਫੇ ਦਾ ਹੋਊਗਾ। ਗਿਆਨ ਭਾਜੀ ਫੜਿਓ ਮਾਇਆ ਦੇ ਗੱਫੇ ਨਾਲ, ਖਿਡਾਰੀਆਂ ਦੇ ਵਾਸਤੇ ਵੱਡੇ ਮਾਨ ਸਨਮਾਨ ਦਿੱਤੇ ਜਾ ਰਹੇ ਹਨ ਅੱਜ ਅਲਬਰਟਾ ਸਟੇਟ ਦੇ ਐਡਮਿੰਟਨ ਸ਼ਹਿਰ ਦੇ ਵਿੱਚ। ਨਾ ਕਬੱਡੀ ਪਾਉਣ ਦੇ ਵੀ ਵਾਧਾ, ਦਲਵੀਰ ਸਿੰਘ ਮਨਾਣੇ ਵਾਲੇ ਦੀ ਪਈ ਹੋਈ ਕਬੱਡੀ ਤੇ ਕੌਣ ਦੇਖਦੇ ਨੇ ਪਾਸੇ ਜਫਾ ਲਾਵੇਗਾ। ਦੋ ਸਟਾਰ ਜੈਲੀ ਬੋਪਾ ਰਾਏ ਤੇ ਸਿੱਧਵਾ ਦੋਨਾਂ ਵਾਲਾ ਵੀਰਾ ਮਾਨ ਕਬੱਡੀ ਖਿਡਾਰੀ, ਨਾ ਭੁੱਗ ਨੇ ਵੀ ਕਦੇ ਬੱਲੇ ਬੱਲੇ ਕਰਵਾਈ ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ ਨਾਮ, ਖੇਡ ਕਬੱਡੀ ਦੇ ਸੁਪਰਾਂ ਦਾ ਈਪਣ ਦਾ ਅਵਤਾਰ ਵੀ ਯਾਰ, ਉਹ ਸੱਚੀਆਂ ਗੱਲਾਂ ਕਹਿੰਦਾ ਨਹੀਂ ਲੱਭਣਾ ਹਰਜੀਤ ਗਵਾਚਾ ਸੀ ਜੋ ਬਾਜੇ ਖਾਨੇ ਰਹਿੰਦਾ, ਮਲਵਈ ਨੇ ਰੇਡਾਂ ਪਾਉਂਦੇ ਮਾਝੀ ਜਫੇ ਲਾਉਂਦੇ ਚਾਰੇ ਪਾਸੇ ਖੇਡਦੇ ਮੁੰਡੇ ਦੁਆਬੀਆਂ ਦੇ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ। ਹਾਂ, ਕੌਡੀ ਕੌਡੀ ਕਰਦੇ ਫਿਰਦੇ ਲੋਕੋ ਪੁੱਤ ਪੰਜਾਬੀਆਂ ਦੇ, ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ। ਲਓ ਸੁਲਤਾਨ ਦੀ ਰੇਡ ਹੈ, ਸੁਲਤਾਨ ਦੀ ਰੇਡ ਤੇ ਵੇਖੋ ਸਾਹਮਣੇ ਝਨੇੜੀ ਵਾਲਾ ਬੱਬੂ, ਉਧਰ ਕਹਿੰਦੇ ਗੁਰਵਿੰਦਰ ਕੁਮਾਰ ਜਿੰਨੇ ਜਫੇ ਲਾਊ ਸਾਡੇ ਵੀਰ, ਜਿੱਥੇ ਭਗਤ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਦੇ ਸੋਨੀ ਨਾਲ ਮਨੀ ਲਾਲੀ ਸਬੱਧੀ ਜੰਗ ਪਲਵਾਨ ਖੁਰਦਾਨਾ ਵੱਲੋਂ $100 ਦੇ ਹਰ ਜਫੇ ਦਾ $100 ਹੋਊਗਾ ਦੋਵੇਂ ਸਾਈਡਾਂ ਦੇ, ਹਰ ਜਫੇ ਦਾ $100 ਜੀ ਐਸ ਟੈਕਿੰਗ ਗੈਰੀ ਜੀ ਵੱਲੋਂ ਇਹ ਮਾਨ ਸਨਮਾਨ ਹੋਣਗੇ। ਕਾਲਵਾਂ ਦਾ ਪ੍ਰਵਾਨ ਜਿੰਨੇ ਜਫੇ ਲਾਵੇਗਾ ਜੈਲੀ ਬੋਪਾ ਰਾਏ ਵੱਲੋਂ ਉਹਨੇ $100 ਦੇ ਨਾਲ ਮਾਨ ਸਨਮਾਨ ਹੋਣਗੇ। ਇਹਨਾਂ ਮਹਾਨ ਖਿਡਾਰੀਆਂ ਦੇ ਵੀ ਵੱਡੇ ਮਾਰ ਦੇ ਗੱਫੇ, ਧੰਨਵਾਦ ਵਿਸ਼ੇਸ਼ ਤੌਰ ਤੇ ਜੈਲੀ ਜੀ ਬੋਪਾ ਰਾਏ ਦਾ, ਸਾਡੇ ਵੀਰ ਬਲਵੀਰ ਬੱਤੂ, ਸੋ ਪੰਡਿਤ ਮਦਨ ਗੋਪਾਲ ਜੀ ਉਹਨਾਂ ਦਾ ਪਿੰਡ ਹੈ ਬਾਬਾ ਹੰਦਾਲ ਜੀ ਦੀ, ਉਹ ਯਾਦ ਦੇ ਵਿੱਚ ਹਰ ਸਾਲ ਹਰ ਮੇਲੇ ਦੇ ਵਿੱਚ ਟੀਮ ਖੇਡਦੀ ਵੱਡੇ ਪੱਧਰ ਦੀ। ਨਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ ਕਬੱਡੀ ਖਿਡਾਰੀ, ਧਰਮ ਸਿੰਘ ਜੀ ਉੱਪਰ, ਲਖਵੀਰ ਸਿੰਘ ਜੀ ਔਜਲਾ, ਪਾਲ ਬੋਪਾ ਰਾਏ ਜੀ ਉਹਨਾਂ ਦਾ ਧੰਨਵਾਦ, ਨਾਲ ਬਲਦੇਵ ਸਿੰਘ ਜੀ ਗਿੱਲ ਸਾਹਿਬ ਉਹਨਾਂ ਦਾ, ਨਾਲ ਹੀ ਮਨਦੀਪ ਸਿੰਘ ਜੀ ਚੌਕੀਵਾਨ, ਸਾਰੇ ਮਾਂਜੋ ਰਾਣੇ ਧਾਲੀਵਾਲ ਦਾ ਧੰਨਵਾਦ। ਕਾਲਮਾਂ ਦਾ ਪਲਵਾਨ ਕਰਦਾ ਕੋਸ਼ਿਸ਼ ਡੱਕਣ ਦੀ ਹੁੰਦੀ ਬੱਲੇ ਬੱਲੇ $100 ਪਾਉਂਦੇ ਨਹੀਂ, ਇੱਕ ਜ਼ੋਰ ਦੇ ਨਾਲ ਤਕੜਾ 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 ਲੱਗਦਾ ਹੋਇਆ ਜਫਾ, ਨਾ ਹੁੰਦੀ ਹੋਈ ਬੱਲੇ ਬੱਲੇ ਹੁੰਦੀ ਹੋਈ ਬਹਿ ਜਾ ਤੇ ਪੁਆਇੰਟ ਪਲਵਾਨ ਦਾ। ਨਾ ਪਲਵਾਨ ਮੇਰੇ ਵੀਰੋ, ਪਲਵਾਨ ਕਾਲੋ ਲਾ ਤਕੜਾ ਜਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਗਿਆ। ਮਾਣ ਕਰਦਾ ਜੰਗ ਬਹਾਦਰ ਇਸ ਨੌਜਵਾਨ ਤੇ, ਲਓ ਪੁਆਇੰਟ ਇਸ ਸਮੇਂ ਯਾਦ ਅਬ ਸਪੋਰਟਿੰਗ ਟੀਮ ਦੇ ਹਿੱਸੇ ਜੁੜ ਗਿਆ ਦੇ ਵਾਸਤੇ ਜੋਤ ਜੋਧਾ ਵੱਲੋਂ $20 ਕਲਵਾਂ ਦੇ ਪਲਵਾਨ ਦੇ ਵਾਸਤੇ ਮਾਨ ਸਨਮਾਨ। ਪਲਵਾਨ ਦੇ ਕਲਾਵੇ ਵਿੱਚੋਂ ਕੋਈ ਕੋਈ ਛੁੱਟਦਾ ਗੋਪੀ ਧੂੜਕੋਟ ਤੋਂ ਵੀ ਗਿੱਟੇ ਫੜ ਚੁੱਕਦਾ, ਕੈਂਚੀ ਪਾ ਕੇ ਹੱਥ ਛੱਡੇ ਬਿੱਟੂ ਜੋਤ ਗਾਲਦਾ ਪੱਟਾਂ ਵਿੱਚ ਬੋਲਦਾ ਏ ਜੋਰ ਗੁਰਲਾਲ ਦਾ, ਲਾਲ ਕਦੇ ਜੁੱਲੀਆਂ ਚੋਂ ਪਏ ਵੀ ਨਹੀਂ ਲੁਕਦੇ, ਸੂਰੇ ਵਾਲੀਆਂ ਮੈਦਾਨਾਂ ਵਿੱਚ ਸ਼ੇਰ ਪੁੱਤ ਬੁੱਕਦੇ। ਯਾਦ ਕੋਟਲੀ ਵਾਲਾ ਤੇ ਨਾਲ ਆਇਆ ਸਮਰਾਲੇ ਦੇ ਲਾਗੇ ਪਿੰਡ ਹੈ ਮਾਣਕੀ, ਵੱਡੇ ਗੋਪੀ ਦਾ ਪਿੰਡ ਹੈ, ਲੋਕ ਕਰਦਾ ਟਰਾਈ ਆਇਆ ਯਾਦ, ਇਹਨੂੰ ਯਾਦ ਕਹਿੰਦੇ ਹੈ ਕਿ ਜਦ ਲੋਹਾ ਕਰਦਾ ਲੋਹੇ ਨੂੰ ਦਿੱਤਾ ਸਾਰੇ ਵੀਰਾਂ ਦਾ ਤਰਨ ਉਹਨਾਂ ਦਾ ਬੜਾ ਚੋਟੀ ਦਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਹੈ। ਲਓ ਸੁਲਤਾਨ ਸ਼ਮਸ਼ਬਰੀਆ, ਗੁਰਪ੍ਰੀਤ ਗਿੱਲ ਮਕਸੂਦੜੇ ਵਾਲਾ ਵੱਡੇ ਮਾਨ ਦਿੱਤੇ ਤੇ ਵੱਡਾ ਧੰਨਵਾਦ ਹੈ। ਲਓ ਸੁਲਤਾਨ ਦੀ ਰੇਡ ਪਈ ਹੋਈ ਹੈ ਤੇ ਚਾਰ ਜਾਫੀ ਐਨ ਤਿਆਰੀ ਦੇ ਵਿੱਚ ਹੈ, ਚੌਹਾਂ ਦੇ ਵਿੱਚੋਂ ਕਿਹੜਾ ਖਿਡਾਰੀ ਐਨ ਕਹਿੰਦੇ ਦੋ ਹੱਥ ਕਰਦਾ ਹੈ ਬੱਬੂ ਝਨੇੜੀ ਵਾਲਾ ਲੱਖਾਂ ਚੀਵੇਂ ਪਿੰਡ ਦਾ ਤੇ ਨਾਲ ਹੁਸ਼ਿਆਰਾ ਬਹੁਪਰੀਆ ਤੇ ਨਾਲ ਕਹਿੰਦੇ ਲਹਿੰਦੇ ਪੰਜਾਬ ਦਾ ਖਿਡਾਰੀ ਪੁੱਜਿਆ ਹੋਇਆ। ਲਓ ਸੁਲਤਾਨ ਨੇ ਪਿੰਡ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਕਰ ਦਿੱਤਾ ਹੈ। ਅਗਲੀ ਰੇਡ ਮਨਾਣੇ ਪਿੰਡ ਦਾ ਦਲਵੀਰ, ਉਧਰ ਦਾਰਾ ਕਹਿੰਦਾ ਲਖਵੀਰ ਔਜਲਾ ਸਾਡਾ ਵੀਰ
ਆਜ਼ਾਦ ਕਬੱਡੀ ਕਲੱਬ ਦਾ ਮੇਨ ਸਪਾਂਸਰ ਹੈ। ਡਰ ਇਹਨਾਂ ਦਾ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਕਿ ਸਾਨੂੰ ਫਖਰ ਦੋਸਤਾਂ ਦਾ ਸਾਡੀ ਹੋਰ ਯਾਰੀ ਦੇ ਚਰਚੇ ਆ ਰਾਜੇ ਖੇਲੇ ਸੌਰਭ ਦੀ ਕਿ ਸੱਚੇ ਯਾਰ ਨਹੀਂ ਜਾਂਦੇ ਪਰਖੇ ਜਾਂਦੇ ਪਰਖੇ ਸੱਚੇ ਯਾਰ ਨਹੀਂ ਜਾਂਦੇ ਪਰਖੇ। ਲਓ ਅੱਜ ਸਾਰੇ ਸੱਜਣ ਮਿੱਤਰ ਮਾਨ ਸਨਮਾਨ ਕਰ ਰਹੇ ਨੇ, ਵੱਧ ਤੋਂ ਵੱਧ ਕੋਰਲੀ ਵਾਰ ਆਦੇ ਮਾਨ ਸਨਮਾਨ ਨੇ। ਲਓ ਇਧਰ ਪਾਸੇ ਲੱਗਦਾ ਹੈ ਬਹੁਤ ਤਕੜਾ ਜਫਾ, ਹੁੰਦੀ ਹੋਈ ਫਿਰ ਬੱਲੇ ਬੱਲੇ ਮਹਾਨ ਕਬੱਡੀ ਖਿਡਾਰੀ ਦੇਖਦੇ ਮੈਂ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ, ਜੇ ਲੱਗ ਗਿਆ ਜਫਾ ਸਾਰੇ ਐਡਮਿੰਟਨ ਵਾਲੇ ਤਾੜੀਆਂ ਤਾੜੀਆਂ ਮਾਰਨਗੇ ਜ਼ੋਰਦਾਰ ਸਟਾਰ ਕਬੱਡੀ ਖਿਡਾਰੀ। ਤੁਹਾਡੇ ਪਿੰਡੂ ਨੇ ਜਫਾ ਲਾਇਆ, ਤੁਹਾਡੇ ਸ਼ਹਿਰ ਵਾਲੇ ਨੇ ਜਫਾ ਲਾਇਆ, ਮੈਂ ਵੀ ਜ਼ਿਆਦਾ ਅਰਜਨ ਵਰਗਾ ਦੀ ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ, ਅੱਖਾਂ ਬੰਨ ਕੇ ਤੀਰ ਟਿਕਾਣੇ ਲਾ ਦੂੰਗਾ। ਯਾਦ ਕੋਟਲੀ ਦੇ ਵੀ ਲਾਲੀ ਤਾਲੀ ਰਾਜ ਜੀ, ਯਾਦ ਕੋਟਲੀ ਸਾਰੇ ਵੀਰ ਪੌਲ ਬੋਪਾ ਰਾਏ ਜੀ, ਲਖਵੀਰ ਸਿੰਘ ਜੀ, ਔਜਲਾ ਸਾਹਿਬ, ਸਾਰੇ ਵੀਰਾਂ ਵੱਲੋਂ $100 ਯਾਦ ਕੋਟਲੀ ਦੇ ਲਈ ਬਹੁਤ ਬਹੁਤ ਧੰਨਵਾਦ ਹੈ। ਜੈਲੀ ਬੋਪਾ ਰਾਏ ਜੀ ਵੱਡਾ ਮਾਨ ਸਨਮਾਨ ਕਰਦੇ ਆ, ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਬਹੁਤ ਧੰਨਵਾਦ ਹੈ। ਲਓ ਸੁਲਤਾਨ ਦੀ ਪਈ ਹੋਈ ਕਬੱਡੀ, ਸੁਲਤਾਨ ਕਬੱਡੀ ਪਾਉਣ ਦੇ ਲਈ ਬਣਿਆ ਹੋਇਆ। ਲਓ ਖੇਡ ਮੈਦਾਨ ਦੇ ਵਿੱਚ ਸੁਲਤਾਨ ਦੀ ਕੌਡੀ ਹੈ, ਉੱਕੜੇ ਹੋਏ ਪੈਰ ਹੈ। ਲਓ ਖੇਡ ਮੈਦਾਨ ਦੇ ਵਿੱਚ ਕੀਤੀ ਟਰਾਈ, ਆਇਆ ਨੌਜਵਾਨ ਇਸ ਸਮੇਂ ਲਾ ਤਕੜਾ ਜਫਾ ਪੁਆਇੰਟ ਦਾਰੇ ਦੀ ਟੀਮ ਦੇ ਸੇ ਜੋੜ ਗਿਆ, ਲਖਵੀਰ ਦੀ ਟੀਮ ਦੇ ਸੇ ਜੋੜ ਗਿਆ। ਲੈਣੇ ਪੰਜਾਬ ਦਾ ਜੰਪਲ ਹੈ, ਸਾਨਾ ਸਿਆਲ ਜੀ ਨੇ ਬਹੁਤ ਤਕੜਾ ਜਫਾ ਲਾ ਕੇ ਟੀਮ ਦੇ ਹਿੱਸੇ ਦੇ ਵੀ ਨੰਬਰ ਜੋੜਿਆ, ਸਾਨਾ ਸਿਆਲ ਲੱਖਾਂ ਦੇ ਅੱਗ ਜੋੜਦਾ ਹੋਇਆ। ਲਓ ਅਗਲੀ ਕਬੱਡੀ, ਸ਼ਾਨਾ ਸਿਆਲ ਕਹਿੰਦੇ ਲਹਿੰਦੇ ਪੰਜਾਬ ਦਾ ਖਿਡਾਰੀ ਹੈ ਜਿਹਨੇ ਹੁਣੇ ਹੁਣ ਜਫਾ ਲਾਇਆ, ਬੜਾ ਯਾਦ ਰਾਜਾ ਸੀ। ਸਰਬਜੀਤ ਉੱਪਲ ਵੱਲੋਂ $8 ਯਾਦ ਦੇ ਵਾਸਤੇ ਮਾਨ ਸਨਮਾਨ ਨੇ, ਯਾਦ ਦੇ ਭਰਾ ਸਰਬਜੀਤ ਉੱਪਲ ਵੱਲੋਂ। ਲਓ ਗੁਰਤਾਜ ਸਿੰਘ ਤਾਜਾ ਕੋਟਲੀ ਦੇ ਭਰਾ ਵੱਲੋਂ $50 ਹੋਰ ਮਾਨ ਸਨਮਾਨ ਜੋ ਹੈ ਯਾਦ ਕੋਟਲੀ ਦੇ ਵਾਸਤੇ ਨੇ, ਧੰਨਵਾਦ। ਗੁਰਤਾਜ ਤਾਜਾ ਫਿਰ ਰੇਡ ਪਾ ਰਿਹਾ ਤੇ ਖੁਸ਼ ਹੈ, ਇਸਦਾ ਮਤਲਬ ਵੀ ਮੇਲਾ ਸਫਲ ਹੈ। ਜੇ ਮੇਲਾ ਸਫਲ ਹੈ ਤਾਂ ਇੱਕ ਵਾਰੀ ਪ੍ਰਬੰਧਕਾਂ ਦੀ ਤਾੜੀ ਮਾਰ ਦਿਓ ਜੀ, ਜ਼ੋਰਦਾਰ ਪ੍ਰਬੰਧਕਾਂ ਦੀ ਤਾੜੀ ਮਾਰ ਦਿਓ। ਬੇਸ਼ੱਕ ਮੌਸਮ ਖਰਾਬ ਸੀਗਾ ਪਰ ਸਾਰਿਆਂ ਨੇ ਬਹੁਤ ਸਾਥ ਦਿੱਤਾ, ਬਹੁਤ ਬਹੁਤ ਧੰਨਵਾਦ ਸਾਰੇ ਸਪੌਂਸਰ ਦਾ, ਸਾਰੇ ਦਾਨੀ ਸਰਣਾ ਦਾ, ਕਬੱਡੀ ਦੇ ਪ੍ਰੇਮੀਆਂ ਦਾ ਧੰਨਵਾਦ ਹੈ ਸਾਰੇ ਪ੍ਰਬੰਧਕਾਂ ਵੱਲੋਂ। ਲਓ ਪਾਲੀ ਦੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ, ਪਾਲੀ ਨੌਜਵਾਨ ਹਰਪਾਲ ਸਿੰਘ ਪਾਲੀ, ਫਤਿਹਗੜ੍ਹ ਛੰਨਾ ਪਿੰਡ ਹੈ, ਜ਼ਿਲ੍ਹਾ ਪਟਿਆਲਾ ਹੈ, ਕਿ ਮਰ ਜਾਣਾ ਮਾਨ ਵੀ ਖਿਡਾਰੀ ਬੜਾ ਵੱਡਾ ਸੀ, ਬਾਗਾਂ ਵਾਲੇ ਸ਼ਹਿਰ ਪਟਿਆਲੇ ਜੀ ਦਾ ਅੱਡਾ ਸੀ, ਮੁੰਡੇ ਪੁੱਛ ਪੁੱਟ ਗੱਭਰੂ ਨੇ ਸੋਹਣੇ ਸ਼ਹਿਰ ਪਟਿਆਲੇ ਦੇ, ਆਇਆ ਪਟਿਆਲੇ ਵਾਲਾ ਕਰਦਾ ਕਾਲੋ ਭਲਵਾਨ ਟਰਾਈ, ਕੀਪੇ ਦੀ ਵਿਸਲ ਦਾ ਫੈਸਲਾ ਹੈ। ਇਸ ਸਮੇਂ ਪੁਆਇੰਟ ਵੈਨਕੂਵਰ ਕਬੱਡੀ ਕਲੱਬ ਦੇ ਹਿੱਸੇ ਜੁੜ ਗਿਆ ਹੈ, ਚੱਲ ਵੀ ਨੌਜਵਾਨ ਹੈ, ਪਾ ਅਗਲੀ ਕਬੱਡੀ। ਲਓ ਖੇਡ ਮੈਦਾਨ ਦੇ ਵਿੱਚ ਗੁਰਪ੍ਰੀਤ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਵੱਡੀ ਵਧਾਈ ਹੈ ਅਲਵਾਡਾ ਪੰਜਾਬੀ ਸਪੋਰਟਸ ਐਂਡ ਕਲਚਰ ਐਸੋਸੀਏਸ਼ਨ ਨੂੰ ਅੱਜ ਦੇ 6ਵੇਂ ਕਬੱਡੀ ਕੱਪ ਦੇ ਲਈ ਆਪਣੀ ਸਫਲਤਾ ਦੇ ਵੱਲ ਨੂੰ ਵਾਧਾ ਹੋਇਆ। ਲਓ ਪਈ ਹੋਈ ਨੌਜਵਾਨ ਗੁਰਪ੍ਰੀਤ ਦੀ ਕਬੱਡੀ। ਜੀ ਐਸ ਟ੍ਰੈਕਿੰਗ ਦਾ ਬਹੁਤ ਬਹੁਤ ਧੰਨਵਾਦ ਗੈਰੀ ਭਾਜੀ ਉਹਨਾਂ ਦਾ, ਜੀ ਐਸ ਟ੍ਰੈਕਿੰਗ ਵੱਡਾ ਮਾਨ ਸਨਮਾਨ ਕਰਦੇ ਹੋਏ ਖਿਡਾਰੀਆਂ ਦੇ ਵਾਸਤੇ। ਜੀ ਐਸ ਟ੍ਰੈਕਿੰਗ ਦੋਵੇਂ ਸਾਈਡਾਂ ਦੇ ਜਿੰਨੇ ਜਫੇ ਨੇ $100 ਹੋਣਗੇ। ਲਓ ਮਾਰਕੀ ਵਾਲਾ ਗੋਪੀ ਦੂਸਰੇ ਪਾਸੇ, ਇਹ ਆ ਯਾਦ ਨੌਜਵਾਨ ਯਾਦਗਾਰੀ ਦੇ ਜਫਾ ਲਾ ਕੇ ਨੰਬਰ ਜੋੜਦੇ ਹੋਣਗੇ। ਉੱਪਲ ਬ੍ਰਦਰਸ ਵੱਲੋਂ ਸੋਨੇ ਦੇ ਗੋਲਡ ਮੈਡਲਾਂ ਦੇ ਨਾਲ ਉਹਨਾਂ ਦੇ ਅੱਜ ਮਾਨ ਸਨਮਾਨ ਕੀਤੇ ਜਾਣਗੇ, ਜੋ ਅੱਜ 6ਵੇਂ ਅਲਵਾਟਾ ਕਬੱਡੀ ਕੱਪ ਦੇ ਬੈਸਟ ਰੇਡਰ ਤੇਜਾਫੀ ਦੇ ਮਾਨ ਸਨਮਾਨ ਹੋਣਗੇ। ਲਓ ਇਧਰ ਪਾਸੇ ਅਗਲੀ ਕਬੱਡੀ ਨਾਲ ਫਿਰ ਜੁੜੀਏ, ਸ਼ਮਸਪੁਰੀਆ ਸੁਲਤਾਨ ਕਬੱਡੀ ਪਾਉਣ ਦੇ ਲਈ। ਲਓ ਸੁਲਤਾਨ ਦੀ ਰੇਡ ਪੈ ਰਹੀ ਹੈ, ਆਜ਼ਾਦ ਐਵ ਸਪੋਰਟ ਕਬੱਡੀ ਕਲੱਬ ਦੇ 4 ਜਾਫੀ, ਦਾਰੇ ਦੀ ਟੀਮ ਹੈ, ਸਾਬੀ ਕੂਨਰ ਦੀ ਟੀਮ ਹੈ, ਭਿੰਦੇ ਆਜਲੇ ਬਲਾਸ ਸੰਘੇ ਉਹਨਾਂ ਦੀ ਟੀਮ ਹੈ, ਸੀਤੇ ਤਖਾਨ ਵਾਧਾ ਨਾਲ ਕਹਿੰਦੇ ਇੰਦਰਜੀਤ ਧੁੱਗੇ ਉਹਨਾਂ ਦੀ ਟੀਮ ਹੈ। ਲਓ ਸੁਲਤਾਨ ਦੀ ਰੇੜਾ ਤੇ ਲੱਖਾ, ਆਏ ਚੀਮੇ ਪਿੰਡ ਦਾ ਲੱਖਾ, ਆਓ ਲੱਖਾ ਤੇ ਤਾੜੀ ਮਾਰ ਦਿਓ ਜ਼ੋਰਦਾਰ ਬਾਈ ਜੀ, ਜ਼ੋਰਦਾਰ ਤਾੜੀਆਂ ਦੇ ਵਿੱਚ ਲੱਖਾ ਕਿਵੇਂ ਮਿਲਦਾ ਤੇ ਜੈਲੀ ਕਹਿੰਦੇ ਆ ਨੋਟ ਲਈ ਫਿਰਦਾ ਹੈ। ਸਾਨੇ ਸਿਆਲ ਦੇ ਵਾਸਤੇ ਬੀਐਸ ਚੈਕਿੰਗ ਵੱਲੋਂ $100 ਨੇ, ਸਾਨੇ ਸਿਆਲ ਦੇ ਵਾਸਤੇ $100 ਦੇ ਮਾਨ ਸਨਮਾਨ ਬੀਐਸ ਚੈਕਿੰਗ ਗੋਲਡੀ ਬਾਜੀ ਉਹਨਾਂ ਵੱਲੋਂ ਮਾਨ ਸਨਮਾਨ ਦਿੱਤੇ ਜਾ ਰਹੇ ਨੇ। ਨਾਲ ਅਗਲੀ ਕਬੱਡੀ ਨਾਲ ਫਿਰ ਜੁੜੀਏ ਮੈਦਾਨ ਦੇ ਵਿੱਚ, ਦਲਵੀਰ ਬਣਾਉਣ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖਿਡਾਰੀ। ਨਾਲ ਦਲਵੀਰ ਦੀ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਹੈ, ਇਸ ਸਮੇਂ ਦੇਖਦੇ ਹਾਂ ਵੀ ਹਲਕਾ ਝੁੱਕਿਆ ਹੋਇਆ, ਉਧਰ ਦਿਸ਼ਾ ਨਾਲ ਸੰਦੀਪ ਹੈ ਤੇ ਨਾਲ ਹੁਣ ਕੌਣ ਕਰਦਾ ਟਰਾਈ, ਫੁੱਲਾਂ ਸ਼ੁਸ਼ਕ ਦੀ ਧਰਤੀ ਦਾ ਲੈ ਸ਼ੈਰੀ ਦੀ ਕੀ ਵਿਸਲਾ ਫੈਸਲਾ ਹੋਣਾ, ਗੱਲ ਸਮੇਂ ਦੀ ਹੈ। ਨੌਜਵਾਨ ਨਵੀ ਕਰਦਾ ਪਵੀ, ਦਫਰ ਵਾਲਾ ਕਰਦਾ ਟਰਾਈ, ਪਰ ਪੁਆਇੰਟ ਇਸ ਸਮੇਂ ਦਲਵੀਰ ਆਪਣੀ ਟੀਮ ਦੇ ਸੇ ਜੁੜ ਗਿਆ, ਪਾ ਵੀ ਨੌਜਵਾਨ ਪਾਸੇ ਸੁਰਖਬਰੀਆ ਕੀਪਰ ਔਰ ਦੂਸਰੇ ਪਾਸੇ ਸ਼ਹਿਰੀ ਧਾਲੀਵਾਲ, ਆਪਣੇ ਸਮੇਂ ਸਟਾਰ ਕਬੱਡੀ ਖਿਡਾਰੀ ਬਤੌਰੇ ਆਫੀਸ਼ੀਅਲ, ਵੱਡੀ ਜ਼ਿੰਮੇਵਾਰੀ ਹੈ ਬੀਸੀ ਯੂਨਾਈਟਡ ਕਬੱਡੀ ਫੈਡਰੇਸ਼ਨ ਦਾ, ਬਹੁਤ ਬਹੁਤ ਧੰਨਵਾਦ ਜਿਹਨਾਂ ਦੀ ਸਰਪ੍ਰਸਤੀ ਅੱਜ 6ਵੇਂ ਅਲਬਟਾ ਕਬੱਡੀ ਕੱਪ ਦੇ ਵਾਸਤੇ ਹੈ। ਵਿਸ਼ੇਸ਼ ਤੌਰ ਤੇ ਅਲਬਟਾ ਪੰਜਾਬੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਵੱਲੋਂ ਸਾਰੇ ਆਯੋਜਕਾਂ ਪ੍ਰਯੋਜਕਾਂ ਦਾ ਬਹੁਤ ਬਹੁਤ ਧੰਨਵਾਦ। ਲਓ ਨਵੇਂ ਪੀੜੀਏ ਕਮਲ ਦੀ ਪਈ ਹੋਈ ਰੇਡ, ਚੀਮਿਆਂ ਵਾਲਾ ਲੱਖਾ, ਲਓ ਚੀਮਿਆਂ ਵਾਲਾ ਲੱਖਾ, ਉੱਧਰ ਸਾਡਾ ਵੀਰ ਜੀ ਐਂਡ ਐਸ ਗਿੱਲ ਦੇ, ਗੁਰਪ੍ਰੀਤ ਗਿੱਲ ਮਕਸੂਦ ਨੇ ਪਿੰਡ ਵਾਲੀ, ਵੱਡਾ ਧੰਨਵਾਦ ਉਹਨਾਂ ਦਾ। ਦਲਜੀਤ ਲੰਬੜ ਡੱਫਰ ਪਿੰਡ ਹੈ, ਬੜਾ ਤਕੜਾ ਖੇਡਿਆ, ਵਿਸ਼ੇਸ਼ ਤੌਰ ਤੇ ਸਾਡਾ ਵੀਰ ਏਬੀਐਸ ਦੇ ਅੰਮ੍ਰਿਤਪਾਲ ਸਿੰਘ ਜੀ ਗਰੇਵਾਲ ਉਹਨਾਂ ਦਾ, ਏਬੀ ਗਿੱਲ ਟਰੈਕਿੰਗ ਦੇ
ਸਾਡੇ ਵੀਰ ਬਹਾਦਰ ਸਿੰਘ ਜੀ ਗਿੱਲ ਤੇ ਬੌਬੀ ਢਾਲੀਵਾਲ ਜੈਟਿੰਗ ਬਿਲਡਿੰਗ ਸਿਸਟਮ ਦੇ ਜਸਪਾਲ ਸਿੰਘ ਜੀ ਪੰਡਾਲ ਤੇ ਗੈਰੀ ਪੰਡਾਲ ਉਹਨਾਂ ਦਾ ਧੰਨਵਾਦ ਹੈ। ਰਾਜ ਲਕਸ਼ਰੀ ਦੇ ਧਰਮ ਸਿੰਘ ਜੀ ਉੱਪਰ ਸੰਗਮ ਹੋਮ ਦਾ ਵਿਸ਼ੇਸ਼ ਧੰਨਵਾਦ, ਵੈਲ ਬਿਲਟ ਹੋਮ ਦਾ ਧੰਨਵਾਦ, ਜੀ ਐਸ ਟਰੈਕਿੰਗ ਦੇ ਗੋਲਡੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜੀ ਐਸ ਗਿੱਲ ਟਰੈਕਿੰਗ ਗੁਰਪ੍ਰੀਤ ਸਿੰਘ ਜੀ ਗਿੱਲ ਕੈਲਪੁਰ ਟਰੈਕਿੰਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ, ਸੈਂਡੀ ਧਾਲੀਵਾਲ ਜੀ ਉਹਨਾਂ ਦਾ, ਜੋਤੀ ਅਟਵਾਲ ਉਹਨਾਂ ਦਾ, ਸਿਕੰਦਰ ਬਾਜਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇਹਨਾਂ ਸਾਰੀਆਂ ਸ਼ਖਸੀਅਤ ਦਾ ਵੱਡਾ ਸਹਿਯੋਗ, ਲਾ ਲੰਗਰ ਅੰਬੀਆਂ ਵਾਲਾ, ਲੰਗਰ ਅੰਬੀਆਂ ਵਾਲਾ ਡੱਕ ਪਾਓਗੇ ਨਹੀਂ, ਹਰ ਜੋ ਪਿੱਛੇ ਪੁਆਇੰਟ ਵੇਖੋ ਸਾਹਮਣੇ ਸੰਦੀਪ ਦੇ ਸੀ ਜੁੜ ਗਏ, ਇੰਦਰਜੀਤ ਪਪਰਾਰੀ ਉਧਰ ਅਜਾਇਬ ਸਾਡਾ ਵੀ ਲੋਧੀ ਪਰ ਆਨੰਦਪੁਰ ਸਾਹਿਬ ਦੇ ਇਲਾਕੇ ਤੋਂ ਪੁੱਜਿਆ ਹੋਇਆ ਹੈ। ਵੱਡਾ ਧੰਨਵਾਦ ਵੀਰਾਂ ਦਾ, ਜੋਤੀ ਅਟਵਾਲ ਉਹਨਾਂ ਦਾ, ਲਓ ਸੁਲਤਾਨ ਸ਼ਮਸ਼ਪਰੀਆ ਜੀ ਐਸ ਟਰੈਕਿੰਗ ਵੱਲੋਂ 100 ਡਾਲਰ, ਲਓ ਸੁਲਤਾਨ ਸ਼ਮਸ਼ਪਰੀਆ 100 ਡਾਲਰ ਹੈ ਜੀ ਐਸ ਟਰੈਕਿੰਗ ਵੱਲੋਂ, ਗੋਲਡੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜੀ ਐਸ ਟਰੈਕਿੰਗ ਵੱਲੋਂ 100 ਡਾਲਰ ਨੰਗਾਮੀਆਂ ਦੇ ਸੰਦੀਪ ਦੇ ਲਈ। ਜਿਹੜਾ ਕੱਲ ਨੂੰ ਟੂਰਨਾਮੈਂਟ ਹੋਊਗਾ ਸਰੀ ਬੈਲ ਸੈਂਟਰ ਗਰਾਊਂਡ ਦੇ ਵਿੱਚ, ਯੰਗ ਮੈਟਰ ਸਪੋਰਟਸ ਕਲੱਬ ਵੱਲੋਂ ਜੈਟ ਵਾਸੀ ਦੀ ਯਾਦ ਨੂੰ ਸਮਰਪਿਤ ਹੋਊਗਾ। ਜੈਟ ਵਾਸੀ ਸੋਸ਼ਲ ਮੀਡੀਆ ਦੀ ਦੁਨੀਆਂ ਦੇ ਵਿੱਚ ਕਬੱਡੀ ਨੂੰ ਲਿਆਉਣ ਵਾਲਾ ਉਹ ਨਾਰਥ ਅਮਰੀਕਾ ਦਾ ਸਾਡਾ ਵੀਰ, ਉਹਦੀ ਯਾਦ ਨੂੰ ਸਮਰਪਿਤ ਹੋਊਗਾ ਕੱਲ ਦਾ ਜੋ ਖੇਡ ਮੇਲਾ ਹੋਵੇਗਾ ਸਰੀ ਦੀ ਬੈਲ ਸੈਂਟਰ ਗਰਾਊਂਡ ਦੇ ਵਿੱਚ। ਨਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਮਾਨਕੀ ਵਾਲਾ ਗੋਪੀ ਵਾਧਾ ਹੋਇਆ। ਉਧਰ ਗੁਰਵਿੰਦਰ ਪ੍ਰਧਾਨ ਦੇ ਹਰ ਇੱਕ ਜਫੇ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਵੱਡਾ ਮਾਣ ਕਰ ਰਹੀ ਹੈ। ਮੈਦਾਨ ਦੇ ਵਿੱਚ ਯਾਦ ਕੋਟਲੀ ਗਾਜਰਾ ਪਰ ਪੁਆਇੰਟ ਧਾਵੀ ਦਾ, ਪੁਆਇੰਟ ਮਾਰ ਕੀ ਪਿੰਡ ਦੇ ਗੋਪੀ ਨੇ ਆਪਣੀ ਟੀਮ ਦੇ ਸਹਿਯੋਗ ਦਿੱਤਾ। ਲਖਵੀਰ ਸਿੰਘ ਜੀ ਔਜਲਾ ਵੱਡੇ ਮਾਨ ਸਨਮਾਨ ਕਰਦੇ ਆ ਤਿੰਨੋਂ ਕਮੈਂਟੇਟਰਾਂ ਦੇ ਲਈ, ਪੂਰੀ ਅਲਵਾਟਾ ਪੰਜਾਬੀ ਸਪੋਰਟਸ ਕਲੱਬ ਦਾ, ਪੂਰੀ ਅਲਵਾਟਾ ਪੰਜਾਬੀ ਸਪੋਰਟਸ ਕਲੱਬ, ਬਹੁਤ ਬਹੁਤ ਧੰਨਵਾਦ ਧਰਮ ਸਿੰਘ ਜੀ ਉੱਪਰ, ਲਖਵੀਰ ਸਿੰਘ ਜੀ ਔਜਲਾ, ਪੌਲ ਬੋਪਾ ਰਾਏ ਜੀ, ਰਾਣਾ ਧਾਲੀਵਾਲ, ਬਲਦੇਵ ਸਿੰਘ ਜੀ ਗਿੱਲ, ਮਨਦੀਪ ਚੌਂਕੀ ਮਾਨ, ਜੀਐਸ ਟਰੈਕਿੰਗ ਤੋਂ ਸਾਡਾ ਵੀਰ ਗੋਪੀ ਸਿੰਘ ਜੀ ਗਿੱਲ, ਮਕਸੂਦ ਰਾਜੋ ਕੇ ਮੇਨ ਆਰਗੇਨਾਈਜ਼ਰ ਨੇ ਅੱਜ ਦੇ ਟੂਰਨਾਮੈਂਟ ਦੇ। ਨਾ ਕਮਲ ਦੀ ਪਈ ਹੋਈ ਕਬੱਡੀ ਤੇ ਕਰਦਾ ਟ੍ਰਾਈ ਭਲਵਾਨ ਕਾਲੋ, ਇਸ ਸਮੇਂ ਪੁਆਇੰਟ ਜੈਲੀ ਬੋਪਾ ਰਾਏ ਵੱਲੋਂ ਉਹਨੇ 100 ਡਾਲਰ ਨੇ, ਕਾਲਮਾਂ ਦਾ ਭਲਵਾਨ ਜਿੰਨੇ ਜਾ ਫਿਰ ਆਵੇਗਾ ਉਹਨੇ 100 ਡਾਲਰ ਦੇ ਨਾਲ ਮਾਨ ਸਨਮਾਨ ਜੋ ਦਿੱਤੇ ਜਾਣਗੇ। ਜੈਲੀ ਵਰਗੇ, ਘੁੱਗ ਵਰਗੇ, ਪਾਲੀ ਵਰਗੇ ਮਹਾਨ ਕਬੱਡੀ ਖਿਡਾਰੀ, ਰਾਜੇ ਵਰਗੇ ਨੌਜਵਾਨ, ਸੋ ਪੰਡਿਤ ਮਦਨ ਗੋਪਾਲ ਜੀ ਉਹਨਾਂ ਦੀ ਦੇਣ ਖੇਡ ਕਬੱਡੀ ਦੇ ਲਈ। ਨਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਦਲਵੀਰ ਵੱਧਾ ਹੋਇਆ ਕਬੱਡੀ ਖਿਡਾਰੀ ਮਨਾਉਣੇ ਵਾਲਾ, ਬਈ ਫਿਰ ਰੇਡ ਤੇ ਚੱਕਾਂ ਵਾਲਾ ਦਿਸ਼ਾ, ਡਫਰ ਵਾਲਾ ਪਵੀ, ਨੰਗਲਾਮੀਆਂ ਵਾਲਾ ਸੰਦੀਪ, ਕੋਟਲੀ ਵਾਲਾ ਯਾਦ, ਚਾਰ ਦੁਨੀਆਂ ਦੇ ਮੰਨੇ ਪ੍ਰਮੰਨੇ ਕਬੱਡੀ ਦੇ ਖਿਡਾਰੀ ਨੇ, ਵੈਨਕੂਵਰ ਲਾਈਨ ਦੀ ਟੀਮ, ਨਾ ਬਹਿਰਾ ਬਹਿਰਾ ਕਰਾਉਂਦਾ, ਕਦੇ ਪੰਜਾਬ ਸਪੋਰਟਸ ਕਲੱਬ ਸਿਆਟਲ, ਕਦੇ ਬੇਰੀਆ ਕਬੱਡੀ ਕਲੱਬ, ਕਦੇ ਸ਼ਾਹਕੋਟ ਲਾਈਨਸ, ਕਦੇ ਮੈਟਰੋ ਪੰਜਾਬੀ ਸਪੋਰਟਸ ਕਲੱਬ, ਵੱਡੇ ਨਾਮ। ਨਾ ਇਧਰੇ ਪਾਸੇ ਹੁੰਦੀ ਹੋਈ ਬਹਿਰਾ ਬਹਿਰਾ ਸ਼ਮਸਪੁਰੀਆ ਸੁਲਤਾਨ, ਅਗਲੀ ਕਬੱਡੀ ਪਾਉਣ ਦੇ ਵਾਸਤੇ ਵੱਧਾ ਹੋਇਆ ਕਬੱਡੀ ਖਿਡਾਰੀ। ਨਾ ਸੁਲਤਾਨ ਦੀ ਰੇਡ ਮੈਦਾਨ ਦੇ ਵਿੱਚ ਪਈ ਹੋਈ ਹੈ, ਆਯਾਦ ਅਹਿਮ ਸਪੋਰਟ ਕਬੱਡੀ ਕਲੱਬ ਦੇ ਚਾਰ ਚੋਟੀ ਦੇ ਜਾਫੀ ਅਹਿਮ ਤਿਆਰੀ ਦੇ ਵਿੱਚ ਹੈ। ਬਾਬਰੀਆ ਹੁਸ਼ਿਆਰਾ ਗੁਰਵਿੰਦਰ ਪਹਿਲਵਾਨ ਐਨ ਕਹਿੰਦੇ ਹਰ ਇੱਕ ਜਫੇ ਦਾ ਵੱਡੇ ਮਾਨ ਸਨਮਾਨ ਦਿੱਤੇ ਜਾਣਗੇ, ਪਰ ਪੁਆਇੰਟ ਸੁਲਤਾਨ ਦੇ ਸੇ ਜੁੜੀ ਹੈ। ਹਲਵਾਟਾ ਪੰਜਾਬੀ ਸਪੋਰਟਸ ਕਲੱਬ ਦਾ ਬਹੁਤ ਵੱਡਾ ਧੰਨਵਾਦ ਹੈ। ਸੰਗਤ ਨੂੰ ਬੇਨਤੀ ਹੈ ਵੀ ਬਾਈ ਜੀ ਜੇ ਅੱਜ ਦਾ ਟੂਰਨਾਮੈਂਟ ਵਧੀਆ ਲੱਗਿਆ ਇੱਕ ਵਾਰ ਤਾੜੀ ਮਾਰ ਦਿਓ, ਜ਼ੋਰਦਾਰ ਤਾੜੀ ਮਾਰ ਦਿਓ। ਐਸ ਆਰ ਗਿੱਲ ਟਰੈਕਿੰਗ, ਐਸ ਐਂਡ ਆਰ ਗਿੱਲ ਟਰੈਕਿੰਗ ਵੱਲੋਂ ਰੂਪੀ ਗਿੱਲ, ਮਨੀ ਕੰਗ, ਗੋਪੀ ਰਾਏਕੋਟੀ, ਇਹਨਾਂ ਵੀਰਾਂ ਵੱਲੋਂ 100 ਡਾਲਰ ਸ਼ਹਿਰੇ ਬੋਪਰ ਦੇ ਜਫੇ ਤੇ ਹੋਣਾ ਹੈ। ਬਹੁਤ ਬਹੁਤ ਧੰਨਵਾਦ। ਛੇਵਾਂ ਕਬੱਡੀ ਕੱਪ ਮੇਰੇ ਵੀਰੋ ਅੱਜ ਆਪਣੀਆਂ ਅੰਤਮ ਪੜਾਂ ਦੇ ਵੱਲ ਨੂੰ ਵੱਧਦਾ ਹੋਇਆ ਦਲਵੀਰ ਮਨਾਣੀ ਦੀ ਧਰਤੀ ਦਾ ਪੁਆਇੰਟ ਯਾਦ ਅਬ ਸਪੋਰਟ ਦੀ ਟੀਮ ਦੇ ਸੇ ਜੁੜ ਗਿਆ ਹੈ। ਚੱਲ ਵੀ ਨੌਜਵਾਨ ਹੈ, ਪਾ ਅਗਲੀ ਕਬੱਡੀ, ਕੱਲ ਗੋਲਡ ਮੈਡਲਾਂ ਦੀ ਹੈ, ਅੱਜ ਉੱਪਲ ਬ੍ਰਦਰ ਵੱਲੋਂ ਗੋਲਡ ਮੈਡਲ ਕਿਹੜੇ ਪਲੇਅਰਾਂ ਨੂੰ ਜਾਣੇ ਹੈ, ਇਹ ਐਡਮਿੰਟਨ ਦੇ 6ਵੇਂ ਕਬੱਡੀ ਕੱਪ ਤੇ ਮੇਰੇ ਵੀਰੋ ਇਤਿਹਾਸ ਸਿਰਜਿਆ ਜਾਵੇਗਾ ਕਿ ਹੱਥ ਘੁੱਟ ਕੇ ਫੜ ਲਈ ਵੇ ਹਾਲੇ ਸਾਡੀ ਉਮਰ ਨਿਆਣੀ, ਮੈਂ ਸੁਣਿਆ ਮੇਲੇ ਚੋਂ ਵਿਛੜ ਕੇ ਕਈ ਰੂਹਾਂ ਦੇ ਹਾਣੀ, ਇਹ ਦਰਦ ਵਿਛੋੜੇ ਦੇ ਸਾਥੋਂ ਨਹੀਂ ਜਾਣੇ ਜੇ ਝੇਲੇ, ਇਹ ਤੇ ਹੋਰ ਨਸੀਬਾਂ ਨਾਲ ਚੰਦਰਿਆ ਦਿਲ ਮਿਲਿਆਂ ਦੇ ਮੇਲੇ, ਅੱਜ ਮੇਲਾ ਦਿਲ ਮਿਲਿਆਂ ਦੇ ਮੇਲੇ ਤੇ ਚੰਦਰਿਆ ਦਿਲ ਮਿਲਿਆਂ ਦੇ ਮੇਲੇ। ਲਓ ਸੁਲਤਾਨ, ਉਧਰ ਸੈਂਡੀ ਧਾਰੀਵਾਲ ਐਲਾਨ ਕਰ ਦਿੱਤਾ ਦੇ ਬਾਦਵਾ ਜੀ, ਮੈਟਰੋ ਵਾਲੇ ਜਿੰਨੇ ਵੀ ਜਫੇ ਲਾਉਣਗੇ ਪਰ ਜਫੇ ਦੇ ਜਿਹੜੇ ਉਹ 100 ਡਾਲਰ ਦੇ ਵੱਡੇ ਪੱਧਰ ਤੇ ਮਾਸਵਾੜ ਕੀਤੇ ਜਾਣਗੇ। ਐਸ ਐਂਡ ਆਰ ਗਿੱਲ ਦਾ ਰੂਪੀ ਗਿੱਲ, ਗੁਰਪ੍ਰੀਤ ਗਿੱਲ, ਮਕਸੂਦ ਦੇ ਪਿੰਡ ਵਾਲੇ ਵੱਡੇ ਮਾਨ ਸਨਮਾਨ ਖਿਡਾਰੀਆਂ ਦੇ, ਮਨੀ ਕੰਗ, ਇਹਨਾਂ ਵੀਰਾਂ ਦਾ ਵੱਡਾ ਧੰਨਵਾਦ। ਵਾਲਾ ਗੋਪੀ ਐਨ ਮਾਨ ਕੀ ਪਿੰਡ ਦਾ ਪੁਆਇੰਟ ਦਾ ਵਾਧਾ, ਗੋਪੀ ਰਾਏਕੋਟੀ, ਰੂਪੀ ਧਾਰੀਵਾਲ ਤੇ ਗੁਰਪ੍ਰੀਤ ਗਿੱਲ, ਰੂਪੀ ਗਿੱਲ ਸਾਡੇ ਵੀਰ ਗਿੱਲ ਟਰੈਕਿੰਗ ਦਰਾਹੇ ਦੇ ਲਾਗੇ ਮਕਸੂਦ ਦਾ ਪਿੰਡ ਹੈ, ਹੁਸ਼ਿਆਰੇ ਦੇ ਜਫੇ ਤੇ ਐਨ ਕਹਿੰਦੇ 100 ਡਾਲਰ ਦੇ ਮਾਨ ਸਨਮਾਨ ਦਿੱਤੇ ਜਾਣਗੇ। ਲਓ ਕਮਲ ਨਵੇਂ ਪਿੰਡੀਆ ਰੇਡ ਪਾ ਰਹੇ ਹੈ, ਮੈਂ ਵੀ ਹੁਸ਼ਿਆਰਿਆ 100 ਡਾਲਰ ਗਿੱਲ ਟਰੈਕਿੰਗ ਵਾਲੇ ਰੂਪੀ ਤੇ ਗੁਰਪ੍ਰੀਤ ਮਨੀ ਉਹਨਾਂ ਨੇ ਐਲਾਨ ਕਰ ਦਿੱਤਾ, ਪਰ ਵੇਖੋ ਸਾਹਮਣੇ ਨਾ ਕਮਲ ਅਗਲੇ ਪੁਆਇੰਟ ਦਾ ਵਾਧਾ ਫਿਰ ਕਰ ਗਿਆ ਆਪਣੀ ਟੀਮ ਦੇ ਲਈ। ਕਮਲ ਆਪਣੀ ਟੀਮ ਦੇ ਸੇ ਪੁਆਇੰਟ ਜੋੜ ਗਿਆ। ਇੱਕ ਵਾਰੀ ਅਲਵਾਟਾ ਪੰਜਾਬੀ ਸਪੋਰਟਸ ਐਂਡ ਕਲਚਰ ਐਸੋਸੀਏਸ਼ਨ ਦੇ ਨਾਂ ਤੇ ਤਾੜੀ ਮਾਰ ਦਿਓ ਜ਼ੋਰ ਨਾਲ। 6ਵਾਂ ਟੂਰਨਾਮੈਂਟ ਮੇਰੇ ਵੀਰੋ, 6ਵਾਂ ਕਬੱਡੀ ਦਾ ਕੱਪ ਸਫਲ ਹੋਣ ਜਾ ਰਿਹਾ ਹੈ।
ਅੱਜ ਦਾ ਇਹ ਟੂਰਨਾਮੈਂਟ ਲਓ ਖੇਡ ਮੈਦਾਨ ਦੇ ਵਿੱਚ ਦਲਵੀਰ ਦੀ ਪਈ ਹੋਈ ਕਬੱਡੀ ਇਸ ਸਮੇਂ ਮਨਾਣੇ ਦੀ ਧਰਤੀ ਦਾ ਦਲਵੀਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਯਾਦ ਕਰਦਾ ਟਰਾਈ ਅੱਜ ਹੋਮ ਲੈਣ ਇਸ ਨੌਜਵਾਨ ਦੀ ਅੱਜ ਹੋਮ ਗਰਾਊਂਡ ਹੈ ਲਓ ਪੁਆਇੰਟ ਦਲਵੀਰ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਚੱਲ ਵੀ ਨੌਜਵਾਨ ਪਾ ਅਗਲੀ ਕਬੱਡੀ ਰੂਪੀ ਗਿੱਲ ਐਸ ਐਂਡ ਆਰ ਗਿੱਲ ਗੋਪੀ ਰਾਏਕੋਟ ਸ਼ਾਰੇ ਦੇ ਜੱਫੇ ਤੇ 100 ਡਾਲਰ ਦੇ ਮੈਂ ਸਨਮਾਨ ਕਰਨਗੇ ਮਨੀ ਕੰਗ ਲਓ ਸੁਲਤਾਨ ਦੀ ਪਈ ਹੋਈ ਕਬੱਡੀ ਸੁਲਤਾਨ ਸ਼ਮਸ਼ਪੁਰ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲੈ ਵੀ ਚੀਮੇ ਵਾਲਿਆ ਕਰ ਟਰਾਈ ਨੌਜਵਾਨ ਇੱਧਰ ਕਾਲੋ ਭਲਵਾਨ ਹੈ ਕਹਿੰਦੇ ਮਾਣ ਕਰਦਾ ਜੰਗ ਬਹਾਦਰ ਖੁਰਦਾ ਵਾਲਾ ਸਾਡਾ ਵੀਰ ਲਓ ਪਈ ਹੋਈ ਕਬੱਡੀ ਨੌਜਵਾਨ ਭਲਵਾਨ ਦੀ ਖੇਡਦੇ ਮੈਦਾਨ ਦੇ ਵਿੱਚ ਇਸ ਸਮੇਂ ਭਲਵਾਨ ਕਰਦਾ ਟਰਾਈ ਸੁਲਤਾਨ ਦੀ ਕੌਡੀ ਤੇ ਆਇਆ ਨੌਜਵਾਨ ਟ੍ਰਾਂਸਪੋਰਟ ਦੇ ਜੱਸੀ ਢੀਂਡਸਾ ਜੀ ਉਹਨਾਂ ਦਾ ਧੰਨਵਾਦ ਜੀ ਐਂਡ ਕੇ ਟ੍ਰਾਂਸਪੋਰਟ ਜੱਸੀ ਢੀਂਡਸਾ ਜੀ ਰੂਪੀ ਜੀ ਉਹਨਾਂ ਦਾ ਧੰਨਵਾਦ ਨਾ ਅਗਲੀ ਕਬੱਡੀ ਦੇ ਨਾਲ ਫਿਰ ਜੁੜੀ ਹੈ ਮੈਦਾਨ ਦੇ ਵਿੱਚ ਗੋਪੀ ਮਾਨਕੀ ਵਾਲਾ ਕਬੱਡੀ ਪਾਉਣ ਦੇ ਵਾਸਤੇ ਕਰਾਲੀ ਪਿੰਡ ਵਾਲਾ ਲੱਕੀ ਨਾਲ ਦੀ ਨਾਲ ਕਵਰੇਜ ਕੀਤੀ ਜਾ ਰਹੀ ਹੈ ਟੀਮ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਟੀਮ ਪੰਜਾਬੀ ਦੇ ਥਰੂ ਜੁੜੇ ਹੋਏ ਸਾਰੇ ਕਬੱਡੀ ਦੇ ਪ੍ਰੇਮੀਆਂ ਦਾ ਜਿਨ੍ਹਾਂ ਦੇ ਬਹੁਤ ਸਾਰੇ ਮੁਲਕਾਂ ਤੋਂ ਜਿੰਨੇ ਵੀ ਵੀਰ ਜੁੜੇ ਨੇ ਉਹਨਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਅਲਬਟਾ ਪੰਜਾਬੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਲਓ ਕਬੱਡੀ ਪਾਉਣ ਦੇ ਲਈ ਮਾਨਕੀ ਵਾਲਾ ਗੋਪੀ ਔਰ ਦੂਸਰੇ ਪਾਸੇ ਕੋਟਲੀ ਵਾਲਾ ਯਾਰ ਜਿਹੜੇ ਬੈਸਟ ਹੋਣਗੇ ਉੱਪਲ ਬ੍ਰਦਰਸ ਵੱਲੋਂ ਸੋਨੇ ਦੇ ਗੋਲਡ ਮੈਡਲਾਂ ਦੇ ਨਾਲ ਮਾਨ ਸਨਮਾਨ ਕੀਤੇ ਜਾਣਗੇ ਲਓ ਇਧਰ ਪਾਸੇ ਮਾਨਕੀ ਵਾਲਾ ਨੰਬਰ ਜੁੜਦੇ ਵਿੱਚ ਕਾਮਯਾਬ ਹੋ ਗਿਆ ਪੁਆਇੰਟ ਆਜ਼ਾਦ ਐਪਸੋਡ ਕਬੱਡੀ ਕਲੱਬ ਦੀ ਟੀਮ ਦੇ ਹਿੱਸੇ ਦੇ ਵਿੱਚ ਬਿਹਤਰੀਨ ਨੰਬਰ ਜੁੜਦਾ ਹੋਇਆ ਅਗਲੀ ਕਬੱਡੀ ਦੇ ਨਾਲ ਫਿਰ ਜੁੜੀਏ ਮੈਦਾਨ ਦੇ ਚੱਲ ਵੀ ਕਮਲ ਪਾ ਫਿਰ ਕਬੱਡੀ ਨੌਜਵਾਨ ਲਓ ਕਮਲ ਰੇਡ ਪਾ ਰਿਹਾ ਤੋਂ 28ਵਾਂ ਕੈਨੇਡਾ ਕਬੱਡੀ ਕੱਪ 18 ਅਗਸਤ ਆਪ ਸਾਰੇ ਵੀਰ ਟੋਰਾਂਟੋ ਦੇ ਵਿੱਚ ਸਾਰੇ ਵੀਰਾਂ ਲਈ ਸੱਦਾ ਪੱਤਰ ਹੈ ਹਰਸ਼ੀ ਸੈਂਟਰ ਦੇ ਵਿੱਚ ਪਾਕਿਸਤਾਨ ਦੀ ਟੀਮ ਵੀ ਪੁੱਜ ਰਹੀ ਹੈ ਹੁਣ ਟਾਰੀਓ ਕਬੱਡੀ ਕਲੱਬ ਦਾ ਲਾਡਾ ਸੋਤਾ ਬਿਲੇ ਛਾੜੇ ਹੁਣੀ ਪਿੰਦੇ ਤੂਰ ਉਣੀ ਪਰ ਵੇਖੋ ਸਾਹਮਣੇ ਗੁਰਵਿੰਦਰ ਪਹਿਲਵਾਨ ਪਰ ਪੁਆਇੰਟ ਜਿਹੜਾ ਕਾਮਨ ਹੈ ਕਾਲੋ ਭਲਵਾਨ ਕਾਮਨ ਹੈ ਕਾਲੀ ਭਲਵਾਨ ਦਲਵੀਰ ਮਨਾਣੇ ਪਿੰਡ ਦਾ ਥਿੰਦ ਪਰਿਵਾਰ ਦਾ ਨਾ ਕੇਸਰ ਸਿੰਘ ਦਾ ਬੇਟਾ ਚੰਡੀਗੜ੍ਹ ਦੇ ਇਲਾਕੇ ਦਾ ਖਿਡਾਰੀ ਮਨਾਣੇ ਬੜਾ ਦਲਵੀਰ ਰੇਡ ਪਾ ਰਿਹਾ ਯਾਦ ਤੇ ਨਾਲ ਕਹਿੰਦੇ ਉਹਦੇ ਸਾਥੀ ਖਿਡਾਰੀ ਐਨ ਦਿਸ਼ਾ ਤੇ ਨਾਲ ਸੰਦੀਪ ਲਓ ਸੰਦੀਪ ਦੇ ਨਾਲ ਮੁਕਾਬਲਾ ਹੋ ਗਿਆ ਸੰਦੀਪ ਦਲਵੀਰ ਦਲਵੀਰ ਮਨਾਲਾ ਤੇ ਸੰਦੀਪ ਜੱਸੀ ਢੀਂਡਸਾ ਰੂਪੀ ਜੀ ਉਹਨਾਂ ਵੱਲੋਂ ਦਿੱਤੇ ਜਾਣਗੇ ਮਾਨ ਸਨਮਾਨ ਜੱਸੀ ਜੀ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਹੋਣਗੇ ਸੋ ਜੱਸੀ ਢੀਂਡਸਾ ਜੀ ਉਹਨਾਂ ਦਾ ਧੰਨਵਾਦ ਲਾਂਗੜੀਆਂ ਦੇ ਵਿੱਚ ਜੋ ਵੱਡਾ ਖੇਡ ਮੇਲਾ ਕਰਾਉਂਦੇ ਨੇ ਮਰੇਕੋਟ ਦੇ ਏਰੀਆ ਦੇ ਵਿੱਚ ਬੂਟਾ ਛਾਪਾ ਜੀ ਕਹਿੰਦੇ ਵੀ ਰਾਏਕੋਟ ਦੇ ਵਿੱਚ ਸੋ 27-28 ਤੇ 29 ਦਸੰਬਰ ਦੀਆਂ ਤਰੀਕਾਂ ਹੋਣਗੀਆਂ ਵੱਡਾ ਕਬੱਡੀ ਕੱਪ ਨਾ ਪੰਜਾਬ ਦੀ ਸਰਜ਼ਮੀਨ ਦੀ ਗੱਲ ਪਰ ਹੁਣ ਨਾਰਥ ਅਮਰੀਕਾ ਦੇ ਵਿੱਚ ਜਿਵੇਂ ਕਹਿੰਦੇ ਵੀ ਸੀਜ਼ਨ ਭਰ ਜੋਵਨ ਦੇ ਉੱਪਰ ਪਈ ਹੋਈ ਕਬੱਡੀ ਸ਼ਮਸ਼ਪੁਰੀ ਸੁਲਤਾਨ ਦੀ ਬਹੁਤ ਹੀ ਵਧੀਆ ਨੰਬਰ ਵੈਨਕੂਵਰ ਕਬੱਡੀ ਕਲੱਬ ਸੁਲਤਾਨ ਪੁਆਇੰਟ ਆਪਣੀ ਟੀਮ ਦੇ ਸੀ ਜੁੜ ਗਿਆ ਬਾਅਦ ਹੀ ਗੁਰਪੀਤ ਹੈ ਅਗਲੀ ਕਬੱਡੀ ਲਓ ਗੁਰਪੀਤ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬਿਲਕੁਲ ਤਿਆਰ ਹੈ ਚੜ੍ਹਦੀ ਜੀ ਉਮਰ ਹੈ ਆਇਆ ਸਮਰਾਲੇ ਏਰੀਏ ਦਾ ਨੌਜਵਾਨ ਗੁਰਪੀਤ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਜੋਸ਼ਾਂ ਤਕਨੀਕ ਦੀ ਅੱਜ ਕੱਲ੍ਹ ਖੇਡ ਕਬੱਡੀ ਦੀ ਮੇਰੇ ਜ਼ੋਰ ਵਾਲੇ ਜੋ ਜਾਫੀ ਢਾਈ ਜਾਂਦੇ ਨੇ ਅੱਜ ਇਸ ਟੂਰਨਾਮੈਂਟ ਦੀਆਂ ਯਾਦਾਂ ਹੋਣਗੀਆਂ ਇਸ ਸਮੇਂ ਪਈ ਹੋਈ ਕਬੱਡੀ ਪੂਰਾ ਸਾਲ ਗੱਲ ਚੱਲਣੀ ਹੈ ਵੀ 6ਵੇਂ ਕਬੱਡੀ ਕੱਪ ਤੇ ਕਿਹੜੀ ਟੀਮ ਜਿੱਤੀ ਕਿਹਦੇ ਗੱਲ ਦੇ ਵਿੱਚ ਗੋਲਡ ਮੈਡਲ ਪਏ ਲਓ ਸ਼ਹਿਰੀ ਦੀ ਵਿਸਲ ਲੱਗ ਗਈ ਫੈਸਲਾ ਹੈ ਕਿ ਪੁਆਇੰਟ ਇਸ ਸਮੇਂ ਯਾਦ ਕੋਟਲੀ ਦੇ ਹਿੱਸੇ ਜੁੜ ਗਿਆ ਪੁਆਇੰਟ ਯਾਦੀ ਦੇ ਹਿੱਸੇ ਜੁੜਿਆ ਲੰਬਾ ਡੱਫਰ ਵਾਲਾ ਮਹਾਨ ਕਬੱਡੀ ਖਿਡਾਰੀ ਲਾਈਨਮੈਨ ਬਣਿਆ ਹੋਇਆ ਲੰਬਾ ਡੱਫਰ ਮਹਾਨ ਕਬੱਡੀ ਖਿਡਾਰੀ ਵੱਡੀਆਂ ਸੇਵਾਵਾਂ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਲਬਟਾ ਪੰਜਾਬੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਵੱਲੋਂ ਐਸ ਐਂਡ ਜੀ ਐਨ ਐਸ ਗਿੱਲ ਗੁਰਪ੍ਰੀਤ ਟਰੱਕਿੰਗ ਐਸ ਐਂਡ ਆਰ ਇਹ ਵੀਰ ਜਿਹੜੇ ਰੂਪੀ ਸਾਡਾ ਵੀਰ ਰੂਪੀ ਗਿੱਲ ਤੇ ਨਾਲ ਕਹਿੰਦੇ ਮਨੀ ਕੰਗ ਤੇ ਗੋਪੀ ਰਾਏਕੋਟ ਸਾਰੇ ਵੀਰ ਵੱਡੇ ਮਾਨ ਦੇਣਗੇ ਹੁਸ਼ਿਆਰ ਹੈ ਜੇਕਰ ਜੱਪਾ ਲਾਉਂਦਾ ਹੈ ਤੇ ਨਾਲ ਜੱਸੀ ਢੀਂਡਸਾ ਜੰਗ ਭਲਵਾਨ ਖੁਰਦਾ ਤੇ ਸੈਂਡੀ ਧਾਰੀਵਾਲ ਜੋਤੀ ਅਟਵਾਲ ਇਹ ਸਾਡੇ ਵੀਰ ਇੱਕ ਵਾਰ ਫਿਰ ਤੋਂ ਵੱਡਾ ਮਾਣ ਕਰ ਰਹੇ ਹੈ ਜੰਗ ਭਲਵਾਨ ਖੁਰਦਾ ਦਾ ਤੇ ਨਾਲ ਸੋਨੀ ਸਵਦੀ ਉਹਨਾਂ ਦੇ ਸਾਰੇ ਸਾਥੀ ਸੋਢੀ ਭਲਵਾਨ ਹਰ ਸਾਲ ਵੱਡੇ ਮਾਣ ਤੇ ਸਤਿਕਾਰ ਪਰ 11 ਤਰੀਕ ਜਿਹੜੀ ਕੈਲਗਰੀ ਦੇ ਵਿੱਚ ਵੱਡੇ ਟੂਰਨਾਮੈਂਟ ਰਹੀ ਜੰਗ ਭਲਵਾਨ ਹੋਣੀ ਯੁਵਰਾਜ ਮਾਲੇ ਹੋਣੀ ਨਿਸ਼ਾਨ ਤੇ ਨਵੀਂ ਅਚਰ ਵਾਲੀਆਂ ਸਦਾ ਪੱਤਰ ਦੇ ਰਹੀ ਹੈ ਕੱਲ ਸਰੀ ਦੀ ਬੈਲ ਸੈਂਟਰ ਦੇ ਵਿੱਚ ਜਿੱਥੇ ਮਾਨਾ ਰੋਮੀ ਸਾਡਾ ਵੀਰ ਤੇ ਨਾਲ ਸਰਦਾਰ ਲਖਵੀਰ ਸਿੰਘ ਜੀ ਪ੍ਰਧਾਨ ਕੁਲਦੀਪ ਸਿੰਘ ਜੀ ਚੇਅਰਮੈਨ ਸਾਹਿਬ ਕੱਲ ਦੇ ਟੂਰਨਾਮੈਂਟ ਰਹੀ ਸੱਦਾ ਪੱਤਰ ਦੇ ਰਹੇ ਹੈ ਉਧਰ 12 ਤਰੀਕ ਯਾਦ ਐਵਸਪੋਰਟ ਦਾ ਟੂਰਨਾਮੈਂਟ 18 ਅਗਸਤ 28ਵੇਂ ਕੈਨੇਡਾ ਕਬੱਡੀ ਕੱਪ ਦੀ ਹੈ ਉਧਰ ਜਿੱਥੇ 16 ਸਤੰਬਰ USA ਦੇ ਵਿੱਚ ਅਮੋਲਕ ਸਿੰਘ ਜੀ ਗਾਖਲ ਸਾਹਿਬ ਪਰ 14 ਅਕਤੂਬਰ ਫਿਲਾਡਲਫੀਆ ਦੇ ਮਸ਼ਹੂਰ ਕਬੱਡੀ ਕੱਪ ਦੀ ਐਵਸਪੋਰਟ ਕਬੱਡੀ ਕਲੱਬ ਦੇ ਨੰਬਰ ਰਹੇ ਨੇ 34.5 ਵੈਨਕੂਵਰ ਲਾਇਨਜ਼ ਕਬੱਡੀ ਕੱਪ ਦੇ ਨੰਬਰ ਰਹੇ ਨੇ
41 ਸਾਢੇ 34 ਦੇ ਮੁਕਾਬਲੇ 41 ਦੇ ਨਾਲ ਵੈਨਕੂਵਰ ਲੈਂਡ ਦੀ ਟੀਮ ਫਸਟ ਰਹੀ ਇਸ ਮੈਚ ਦੇ ਵਿੱਚ। ਬਹੁਤ ਜਲਦ ਬੈਸਟ 8 ਦੇ ਜਾਫੀ ਦਾ ਵੀ ਆਪਾਂ ਐਲਾਨ ਕਰਾਂਗੇ। ਸੋ ਸੈਕਿੰਡ